ਆਰਟਿਸਟ ਦੀ ਜਿਹੜੀ ਲਾਈਫ ਹੈ ਬਹੁਤ ਟਫ ਆ। ਇੱਕ ਆਰਟਿਸਟ ਹੈਗਾ ਮਿੱਟੀ ਦਾ ਖਿਲੋਣਾ ਜਿਹਨੂੰ ਹਰ ਰੰਗ ਵਿੱਚ ਢਾਲਿਆ ਜਾਂਦਾ। ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣਾ ਕਰੈਕਟਰ, ਤੁਸੀਂ ਕਿੱਦਾਂ ਦਾ ਫੀਲ ਕਰਦੇ ਹੋ? ਜੇ ਪਹਿਲੀ ਵਾਰੀ ਇੱਦਾਂ ਆਪਣੇ ਪੂਰੇ ਕਰੀਅਰ 'ਚ ਇੱਦਾਂ ਹੋਇਆ ਕਿ ਮੈਂ ਫਿਲਮ ਨੂੰ ਦੇਖਣ ਲਈ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ। ਜਿਹੜਾ ਲੰਘਿਆ ਹੋਇਆ ਸਮਾਂ ਉਹਦਾ ਇੱਕ ਹਿੱਸਾ ਆ ਜਿਹੜਾ ਸਿਨਮਿਤ ਦਿਖਾਇਆ ਜਾ ਰਿਹਾ। ਆਈ ਕੁਡ ਫੀਲ ਕਿ ਦੇਰ ਇਜ਼ ਸਮਥਿੰਗ ਬਾਲੀਵੁੱਡ ਸਟਾਈਲ ਵਾਲਾ ਆ ਰਿਹਾ। ਆਫ ਕੋਰਸ KGF ਤੋਂ ਵੀ ਉੱਤੇ ਜਾਏਗੀ ਹੋਪਫੁਲੀ। ਦੇਵ ਜਿਹੜਾ ਨਾ ਇੱਕ ਇਹੋ ਜਿਹਾ ਇਨਸਾਨ ਹੈ, ਨਾਲ ਦੇ ਮਤਲਬ ਸਾਥੀ ਨੂੰ ਬਿਲਕੁਲ ਕੋਆਪਰੇਟ ਕਰਦਾ। ਕਦੇ ਤੁਸੀਂ ਇਹਨੂੰ ਰਿਲੇਟ ਕੀਤਾ ਕਿ ਦਿਲ ਤੋੜਿਆ ਮੇਰਾ ਉਸ ਨਾਟ ਨੂੰ ਰੀਅਲ ਲਾਈਫ? ਜੇ ਰੀਅਲ 'ਚ ਤੋੜਿਆ ਤਾਂ ਫਿਲਮ 'ਚ ਮੈਨੂੰ ਕੱਢਣ ਦਾ ਮੌਕਾ ਮਿਲ ਗਿਆ ਆ। ਸਾਡੀ ਪੰਜਾਬੀ ਇੰਡਸਟਰੀ ਲਗਾਤਾਰ ਕਾਫੀ ਜ਼ਿਆਦਾ ਤਰੱਕੀ ਕਰ ਰਹੀ ਹੈ ਅਤੇ ਨਵੇਂ ਸਟੈਂਡਰਡਸ ਜਿਹੜੇ ਨੇ ਉਹ ਸੈੱਟ ਕਰ ਰਹੀ ਹੈ ਅਤੇ ਨਵੇਂ ਜਿਹੜੇ ਸਟੈਂਡਰਡਸ ਨੇ ਉਸ ਨੂੰ ਰਾਈਜ਼ ਕਰਨ ਵਾਲੀ ਮੂਵੀ ਜਿਹੜੀ ਹੈ Black Year 2 ਹੁਣ ਰਿਲੀਜ਼ ਹੋ ਚੁੱਕੀ ਹੈ, ਜਿਸਦੇ ਵਿੱਚ ਬੜੇ ਜੀ ਅਜਿਹੇ ਕਿਰਦਾਰ ਨੇ ਜਿਨ੍ਹਾਂ ਨੂੰ ਅਸੀਂ ਬਖੂਬੀ ਜਾਣਦੇ ਹਾਂ ਅਤੇ ਜਿਨ੍ਹਾਂ ਨੂੰ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ। ਜੀ ਹਾਂ, ਸਾਡੇ ਦੇਵ ਖਰੋੜ ਜੀ ਇਸ ਮੂਵੀ ਦੇ ਵਿੱਚ ਨੇ, ਨਾਲ ਹੀ ਜਪਜੀ ਖਹਿਰਾ ਅਤੇ ਆਰੁਸ਼ੀ ਜੀ ਇਸ ਮੂਵੀ ਦੇ ਵਿੱਚ ਨੇ, ਜਿਨ੍ਹਾਂ ਦੇ ਕਿਰਦਾਰ ਉਹਨਾਂ ਨੇ ਇੰਨੇ ਬਖੂਬੀ ਨਿਭਾਏ ਨੇ ਕਿ ਜਦੋਂ ਇਸ ਮੂਵੀ ਦਾ ਟ੍ਰੇਲਰ ਰਿਲੀਜ਼ ਹੁੰਦਾ ਤਾਂ ਇਸ ਟ੍ਰੇਲਰ ਨੂੰ ਹੀ ਲੋਕਾਂ ਨੇ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ। ਅਤੇ ਅੱਜ ਇਸ ਮੂਵੀ ਦੀ ਸਟਾਰਕਾਸਟ ਜਿਹੜੀ ਆ ਉਸਦੇ ਨਾਲ ਤੁਹਾਡੀ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਇਸ ਆਪਣੇ ਸੈੱਟ ਦੌਰਾਨ, ਸ਼ੂਟਿੰਗ ਦੌਰਾਨ ਕਿਸ ਤਰੀਕੇ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਦਾ ਆਲ ਓਵਰ ਐਕਸਪੀਰੀਅੰਸ ਜਿਹੜਾ ਇਸ ਮੂਵੀ ਦੇ ਸ਼ੂਟ ਦੌਰਾਨ ਕਿਹਾ ਜਾ ਰਿਹਾ ਉਹ ਜਾਣਦੇ ਹਾਂ। ਜਦੋਂ ਟ੍ਰੇਲਰ ਰਿਲੀਜ਼ ਹੋਇਆ ਤਾਂ ਸਾਹਮਣੇ ਨੀਚੇ ਕਮੈਂਟ ਕੀਤਾ ਕਿ ਬਾਲੀਵੁੱਡ ਦੀ ਜਿਹੜੀ ਸਾਰੇ ਹਰ ਚੀਜ਼ ਦੇ ਐਕਸ਼ਨ ਜਿਹੜੀ ਹੈ ਇਸ ਮੂਵੀ ਦੇ ਵਿੱਚ ਹਰ ਮੂਵੀ ਤੋਂ ਜ਼ਿਆਦਾ ਹੈ ਅਤੇ ਜਿਹੜੀ ਪੰਜਾਬੀ KGF ਫਿਰ ਰਿਲੀਜ਼ ਹੋ ਰਹੀ ਹੈ ਅਤੇ ਇਸ ਚੀਜ਼ ਨੂੰ ਸੀ ਕਿ ਸਾਡੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੋਈ ਇਸ ਚੀਜ਼ ਨੂੰ ਸੋਚ ਨਹੀਂ ਸਕਦਾ ਸੀ ਕਿ ਐਸਾ ਐਕਸ਼ਨ ਵੀ ਇਸ ਮੂਵੀ ਦੇ ਵਿੱਚ ਆ ਸਕਦਾ। ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੋ? ਉਹੀ ਮੈਂ ਕਹਿ ਰਹੀ ਹਾਂ, ਮੈਨੂੰ ਵੀ ਉਹੀ ਵਾਲੀ ਫੀਲ ਆਏ ਕਿ ਮੈਨੂੰ ਲੱਗਿਆ ਕਿ ਫਾਈਨਲੀ ਕੋਈ ਐਕਸ਼ਨ ਪੈਕ, ਵੈਸੇ ਬਹੁਤ ਫਿਲਮਾਂ ਹੁਣ ਅੱਜ ਕੱਲ੍ਹ ਬਣ ਰਹੀਆਂ ਬਟ ਇਸ ਟਾਈਪ ਦੀ ਦੇਖਣ ਲਈ ਨਾ ਸਿਨੇਮੈਟਿਕਲੀ ਆਈ ਲਵ ਇਟ। ਮੈਨੂੰ ਨਵਨੀਤ ਦੀ ਡਾਇਰੈਕਸ਼ਨ ਵੈਸੇ ਹੀ ਬਹੁਤ ਪਸੰਦ ਆ ਅਤੇ ਆਈ ਕੁਡ ਫੀਲ ਕਿ ਦੇਰ ਇਜ਼ ਸਮਥਿੰਗ ਬਾਲੀਵੁੱਡ ਸਟਾਈਲ ਵਾਲਾ ਆ ਰਿਹਾ। ਆਫ ਕੋਰਸ KGF ਤੋਂ ਵੀ ਉੱਤੇ ਜਾਏਗੀ ਹੋਪਫੁਲੀ। ਅਤੇ ਮੈਮ ਜੇ ਅਸੀਂ ਗੱਲ ਕਰੀਏ ਜੇ ਐਕਸ਼ਨ ਮੂਵੀਜ਼ ਹੈ ਨਾ ਇੱਦਾਂ ਦੀਆਂ ਅੱਗੇ ਆਉਣ, ਤੁਸੀਂ ਕੋਈ ਐਕਸ਼ਨ ਮੂਵੀ ਕਦੇ ਸੋਚਿਆ ਕਿ ਤੁਸੀਂ ਵੀ ਐਕਸ਼ਨ ਮੂਵੀ ਕਰਨਾ ਚਾਹੁੰਦੇ ਹੋ ਜਾਂ ਕੁਛ ਇਹੋ ਜਿਹੀ? ਆਫਕੋਰਸ ਮੈਨੂੰ ਤਾਂ ਲੱਗਦਾ ਮੈਂ ਸੂਟ ਵੀ ਕਰਾਂਗੀ। ਮੈਨੂੰ ਕੋਈ ਐਕਸ਼ਨ ਮਾਰਨ ਤਾੜਨ ਦਾ ਕੋਈ ਮਿਲੇ ਮੌਕਾ, ਆਫਕੋਰਸ ਆਈ ਵੁੱਡ ਲਵ ਟੂ ਡੂ। ਬਹੁਤ ਸਾਰੇ ਇਹੋ ਜਿਹੇ ਐਕਟਰਸ ਨੇ ਜਿਹੜੇ ਫੁੱਲ ਔਨ ਐਕਸ਼ਨ ਵੀ ਕਰਦੇ ਨੇ ਅਤੇ ਕੋਮੇਡੀ ਵੀ ਨੇ, ਅਤੇ ਕੋਈ ਇਹੋ ਜਿਹਾ ਐਕਟਰ ਜਿਹਦੇ ਲਈ ਤੁਸੀਂ ਸੋਚਦੇ ਵੀ ਹਾਂ ਮੈਂ ਇਹਦੇ ਨਾਲ ਕੰਮ ਇੱਕ ਵਾਰ ਜ਼ਰੂਰ ਕਰਨਾ ਹੈ ਤੁਹਾਡੇ ਇਹੋ ਜਿਹੇ ਮਾਈਂਡ ਦੇ ਵਿੱਚ? ਮੈਨੂੰ ਗੁਰਨਾਮ ਨਾਲ ਕੰਮ ਕਰਨ ਦਾ ਹੈਗਾ ਹੈ ਕਿ ਮੈਂ ਕਰਾਂ। ਆਈ ਫੀਲ ਵੀ ਲੁੱਕ ਗੁੱਡ ਔਨ ਸਕਰੀਨ, ਪੇਅਰਿੰਗ ਵਧੀਆ ਰਹੇਗੀ, ਮੈਨੂੰ ਇੱਦਾਂ ਫੀਲ ਹੁੰਦਾ। ਬਾਕੀ ਆਈ ਹੋਪ ਆਈ ਗੈਟ ਟੂ ਵਰਕ ਵਿਦ ਹਿਮ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੂਵੀ ਦੀਆਂ। ਥੈਂਕ ਯੂ। ਅਤੇ ਸਰ ਦੇਵ ਸਰ ਨਾਲ ਤੁਹਾਨੂੰ ਔਨ ਸੈੱਟ ਸਕਰੀਨ ਕਿੱਦਾਂ ਲੱਗਿਆ ਤੁਹਾਨੂੰ ਉਹਨਾਂ ਨਾਲ ਵਰਕ ਕਰਕੇ? ਬਹੁਤ ਵਧੀਆ, ਜਾਣੀ ਦੇਵ ਜਿਹੜਾ ਨਾ ਇੱਕ ਇਹੋ ਜਿਹਾ ਇਨਸਾਨ ਹੈ, ਨਾਲ ਦੇ ਮਤਲਬ ਸਾਥੀ ਨੂੰ ਬਿਲਕੁਲ ਕੋਆਪਰੇਟ ਕਰਦਾ ਬਹੁਤ ਹੀ ਵਧੀਆ ਤਰੀਕੇ ਨਾਲ। ਦੇਵ ਸਰ ਜਿਵੇਂ ਅਸੀਂ ਔਨ ਸਕਰੀਨ ਦੇਖਦੇ ਹਾਂ ਨਾ ਕਿ ਉਹ ਬੜੇ 8 ਵਜੇ ਦਿਖਾਏ ਹੁੰਦੇ ਆ, ਗੁੱਸੇ ਵਾਲੇ ਦਿਖਾਏ ਹੁੰਦੇ ਆ, ਅਤੇ ਉਹ ਹੈ ਹੀ ਨਹੀਂ, ਉਹ ਬਿਲਕੁਲ ਹੀ ਨਹੀਂ ਹੈ, ਬਿਲਕੁਲ ਨੋਰਮਲ ਇਨਸਾਨ ਹੈ ਸਾਡੀ ਤਰ੍ਹਾਂ। ਔਰ ਬਹੁਤ ਵਧੀਆ, ਜਾਣੀ ਉਹਨੇ ਸਾਡੇ ਨਾਲ ਜਿੰਨਾ ਵੀ ਅਸੀਂ ਜਿੰਨਾ ਕੁ ਮੈਂ ਕੰਮ ਕੀਤਾ, ਹਾਲੇ ਇੱਕ ਸੀਨ ਉਹ ਗਾਣੇ 'ਚ ਚਲਾ ਗਿਆ ਮੇਰਾ, ਕਿ ਸੀਨ ਹੋਰ ਵੀ ਹੈਗਾ ਸੀਗਾ ਗੱਡੀ ਮਤਲਬ ਜਿੰਨਾ ਉਹਨਾਂ ਮੈਨੂੰ ਖੁਸ਼ੀ ਸੀ, ਲੇਕਿਨ ਉਹ ਸੀਨ ਨਹੀਂ ਆਇਆ। ਅਤੇ ਬਾਕੀ ਵਾਲੇ ਨਾਲ ਬਹੁਤ ਸੋਹਣਾ ਔਰ ਬਹੁਤ ਵਧੀਆ ਕੋਆਪਰੇਟ ਕੀਤਾ ਉਹਨੇ ਮੇਰੇ ਨਾਲ। ਹੈਲੋ ਮੈਮ। ਹੈਲੋ, ਬਹੁਤ ਵਧੀਆ। ਅਤੇ ਮੈਮ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ। ਮੈਮ ਪਹਿਲਾਂ ਸਾਨੂੰ ਇਹ ਦੱਸੋ ਕਿ ਜਦੋਂ ਅਸੀਂ ਸ਼ੂਟ ਕਰਦੇ ਹਾਂ, ਸ਼ੂਟ ਕਰਨ ਦੌਰਾਨ ਸਾਨੂੰ ਹਜੇ ਇੰਨਾ ਪ੍ਰੋਪਰਲੀ ਫੀਲ ਨਹੀਂ ਆਉਂਦਾ ਨਾ, ਆਪਾਂ ਦੇਖਦੇ ਨਹੀਂ, ਅਤੇ ਤਾਂ ਤੁਸੀਂ ਔਨ ਸਕਰੀਨ ਆ ਮੂਵੀ ਦੇਖ ਕੇ ਆਏ, ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣਾ ਕਰੈਕਟਰ, ਤੁਸੀਂ ਕਿੱਦਾਂ ਦਾ ਫੀਲ ਕੀਤਾ ਉਸ? ਤੁਹਾਡੀ ਗੱਲ ਬਿਲਕੁਲ ਸਹੀ ਆ, ਅੱਜ ਪਹਿਲੀ ਵਾਰੀ ਇੱਦਾਂ ਆਪਣੇ ਪੂਰੇ ਕਰੀਅਰ 'ਚ ਇੱਦਾਂ ਹੋਇਆ ਕਿ ਮੈਂ ਫਿਲਮ ਨੂੰ ਦੇਖਣ ਲਈ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ, ਕਿਉਂਕਿ ਨੋਰਮਲੀ ਕੀ ਹੁੰਦਾ ਕਿ ਮੈਨੂੰ
ਪਰਸਨਲੀ ਇਹ ਹੁੰਦਾ ਕਿ ਮੇਰਾ ਕੈਰੈਕਟਰ ਕਿੱਦਾਂ ਦਾ, ਕੱਟਰ ਤਾਂ ਨਹੀਂ ਲੱਗੇ, ਇਹ ਨਹੀਂ ਲੱਗਾ, ਆਹ ਵਾਲਾ ਸੀਨ ਪਾਤਾ, ਹਾਂ ਬਟ ਹਾਂ ਮੈਂ ਠੀਕ ਲੱਗ ਰਹੀ ਹਾਂ, ਬਟ ਇਹਦੇ 'ਚ ਮੈਂ ਠੀਕ ਕੋਈ ਲੱਗਣਾ ਨਹੀਂ ਸੀ, ਬਿਖਰੇ ਹੋਏ ਵਾਲ ਅਤੇ ਸਕਿਨ ਟੈਕਸਚਰ ਯੂਨੋ ਉਹ ਉੱਦਾਂ ਦਾ ਕੈਰੈਕਟਰ ਸੀਗਾ, ਬਟ ਮੈਨੂੰ ਇਹਦੇ 'ਚ ਇਹ ਸੀਗਾ ਕਿ ਸਾਰਿਆਂ ਨੇ ਕਿੱਦਾਂ ਦਾ ਕੰਮ ਕੀਤਾ, ਕਿਉਂਕਿ ਸਾਰੇ ਕਮਾਲ ਦੇ ਐਕਟਰ ਆ, ਸੋ ਮੈਂ ਐਜ਼ ਅ ਫਿਲਮ ਓਵਰਆਲ ਦੇਖਣ ਲਈ ਮੈਂ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ ਬਜਾਏ ਕਿ ਆਪਣੇ ਕੰਮ ਨੂੰ, ਸੋ ਇਸ ਵਾਰੀ ਮੈਂ ਆਪਣੇ ਕੰਮ ਨੂੰ ਇੰਨੀ ਤਰਜੀਹ ਨਹੀਂ ਦਿੱਤੀ ਕਿ ਉਹਨੂੰ ਦੇਖਣਾ, ਮੈਨੂੰ ਇਹ ਸੀ ਸਾਰਿਆਂ ਨੇ ਕਿੱਦਾਂ ਦਾ ਕੰਮ ਕੀਤਾ ਹੈ, ਅਤੇ ਬਹੁਤ ਵਧੀਆ ਲੱਗਾ ਕਿਉਂਕਿ ਟਵਿਸਟ ਨੇ ਕਾਫੀ ਫਿਲਮ ਦੇ ਵਿੱਚ ਸਸਪੈਂਸ ਆ, ਸੋ ਅੱਛਾ ਸੀਗਾ। ਮੈਮ ਤੁਹਾਡਾ ਵੀ ਇੱਕ ਟਵਿਸਟ ਸੀਗਾ, ਪਹਿਲਾਂ ਤੁਸੀਂ ਬੜੇ ਨਾ ਦਿਖਾਏ ਗਏ ਕਿ ਤੁਸੀਂ ਬਹੁਤ ਪਿਆਰ ਨਾਲ ਸਾਡੇ ਨਾਲ ਗੱਲ ਕਰ ਰਹੇ ਸੀ, ਫਿਰ ਇੱਕੋ ਦਮ ਤੁਸੀਂ ਚੇਂਜ ਹੋ ਜਾਂਦੇ ਹੋ ਰਿਵੈਂਜ ਦੇ ਵਿੱਚ ਆ ਜਾਂਦੇ, ਜਦੋਂ ਤੁਸੀਂ ਆਪਣੇ ਕਰੈਕਟਰ ਨੂੰ, ਜਦੋਂ ਤੁਹਾਡਾ ਕਰੈਕਟਰ ਚੇਂਜ ਹੁੰਦਾ ਹੈ ਅਤੇ ਉਸ ਤਰੀਕੇ ਨੂੰ ਤੁਸੀਂ ਉਸਨੂੰ ਕਿਵੇਂ ਫੀਲ ਕੀਤਾ ਜਦੋਂ ਤੁਹਾਡਾ ਕਰੈਕਟਰ ਚੇਂਜ ਹੋਇਆ? ਕਿਤੇ ਨਾ ਕਿਤੇ ਦੇਖੋ ਦਿਲ 'ਤੇ ਸੱਟ ਤਾਂ ਲੱਗੀ ਹੁੰਦੀ ਆ, ਬਸ ਉਹਨੂੰ ਯਾਦ ਕੀਤਾ ਅਤੇ ਪਰਫੋਰਮ ਕਰਤਾ ਕਿ ਦਿਲ ਤੋੜਿਆ ਮੇਰਾ, ਇੱਧਰ ਆ ਹੁਣ ਤੂੰ, ਮਤਲਬ ਕਦੇ ਤੁਸੀਂ ਇਹਨੂੰ ਰਿਲੇਟ ਕੀਤਾ ਕਿ ਦਿਲ ਤੋੜਿਆ ਮੇਰਾ ਉਸ ਨਾਟਕ ਨੂੰ ਰੀਅਲ ਲਾਈਫ? ਹਾਂ, ਜੇ ਰੀਅਲ 'ਚ ਤੋੜਿਆ ਤਾਂ ਇਹ ਫਿਲਮ 'ਚ ਮੈਨੂੰ ਕੱਢਣ ਦਾ ਮੌਕਾ ਮਿਲ ਗਿਆ ਹੈ, ਮਤਲਬ ਤੁਸੀਂ ਫਿਲਮ ਦੇ ਵਿੱਚ ਪ੍ਰੋਪਰ ਗੁੱਸਾ ਟੁੱਟਾ ਹੋਊਗਾ ਅਤੇ ਉਹ ਮੈਂ ਗੁੱਸਾ ਉਹ 'ਚ ਕੱਢਤਾ, ਕਿਉਂਕਿ ਉਸ ਸੀਨ ਦੀ ਡਿਮਾਂਡ ਸੀਗੀ ਕਿ ਕੁੜੀ ਜਦੋਂ ਰਿਵੈਂਜ 'ਚ ਆਉਂਦੀ ਹੈ ਅਤੇ ਉਹ ਕਿਸ ਹੱਦ ਤੱਕ ਜਾ ਸਕਦੀ ਹੈ। ਸਾਰੇ ਕਹਿੰਦੇ ਆ ਨਾ ਕਿ ਕੁੜੀਆਂ ਦਾ ਪਿਆਰ ਵੀ ਅਤੇ ਗੁੱਸਾ ਦੋਵੇਂ ਹੀ ਮਾੜੇ। ਅਸੀਂ ਦੇਖਦੇ ਹਾਂ ਕਿ ਸਾਡਾ ਪੰਜਾਬ ਲਗਾਤਾਰ ਜਿਹੜਾ ਨਸ਼ੇ ਦੇ ਮੁੱਦੇ ਕਾਫੀ ਵੱਧ ਰਹੇ ਆ ਪੰਜਾਬ ਦੇ ਵਿੱਚ, ਅਤੇ ਉਸੇ ਚੀਜ਼ ਦੇ ਉੱਤੇ ਮੂਵੀ ਬਣਾਈ ਗਈ ਹੈ, ਅਤੇ ਸਾਡੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਦੇਖੋ, ਇਹ ਯੂਥ ਨੂੰ ਇਹੀ ਕਹਿਣਾ ਚਾਹੁੰਗੇ, ਇਹ ਇੰਟਰਟੇਨਮੈਂਟ ਲਈ ਬਣਾਈ ਆ ਫਿਲਮ, ਕੋਈ ਉਹੋ ਜਿਹਾ ਪੁੱਠਾ ਮੈਸੇਜ ਨਹੀਂ ਦਿੰਦੀ ਫਿਲਮ। ਬਲੈਕ ਹੀ ਆ ਕੋਈ ਟਾਈਮ ਹੁੰਦਾ ਸੀ ਪੰਜਾਬ ਦੇ ਵਿੱਚ ਜਦੋਂ ਆਪਾਂ ਕਹਿੰਦੇ ਬਲੈਕ ਹੋ ਰਹੀ ਆ, ਸਮਾਨ ਬਾਰਡਰ ਦੇ ਉਸ ਪਾਸਿਓਂ ਆ ਰਿਹਾ, ਇਸ ਪਾਸੇ ਜਾ ਰਿਹਾ, ਮੈਨੂੰ ਲੱਗਦਾ ਕਿ ਹਿਸਟਰੀ ਦਾ ਇੱਕ, ਮਤਲਬ ਹਿਸਟਰੀ ਮਤਲਬ ਜਿਹੜਾ ਲੰਘਿਆ ਹੋਇਆ ਸਮਾਂ ਉਹਦਾ ਇੱਕ ਹਿੱਸਾ ਆ ਜਿਹੜਾ ਸਿਨਮਿਤ ਦਿਖਾਇਆ ਜਾ ਰਿਹਾ। ਬਾਕੀ ਦੇਵ ਭਾਅ ਜੀ ਦੀ ਬਲੈਕੀਆ 1 ਜਿਹੜੀ ਆ ਬਹੁਤ ਵਧੀਆ ਰਹੀ ਆ, ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ, ਸੋ ਹਰ ਪ੍ਰੋਡਿਊਸਰਸ ਨੂੰ ਹੁੰਦਾ ਕਿ ਜਿਹੜੀ ਚੰਗੀ ਫਰੈਂਚਾਈਜ਼ੀ ਉਹਨੂੰ ਦੁਬਾਰਾ ਰਿਪੀਟ ਕੀਤਾ ਜਾਵੇ। ਦੇਵ ਸਰ ਦੀ ਐਕਟਿੰਗ ਦੇਖਦੇ ਆ ਨਾ, ਦੇਵ ਸਰ ਦੀ ਐਕਟਿੰਗ ਜਿਹੜੀ ਆ ਫੁੱਲ ਔਨ ਐਕਸ਼ਨ ਦਿਖਾਇਆ ਗਿਆ ਇਸ ਮੂਵੀ ਦੇ ਵਿੱਚ। ਦੇਵ ਭਾਅ ਜੀ ਹੈ ਐਕਸ਼ਨ ਹੀਰੋ ਹੈ ਨਾ, ਅਤੇ ਐਕਸ਼ਨ ਜਿੰਨੀਆਂ ਵੀ ਫਿਲਮਸ ਆਈਆਂ ਨੇ ਅਤੇ ਭਾਵੇਂ ਵਰਕ ਨਹੀਂ ਕੀਤੀਆਂ, ਬਟ ਦੇਵ ਭਾਅ ਜੀ ਵਾਲੀਆਂ ਸਾਰੀਆਂ ਵਰਕ ਕੀਤੀਆਂ ਐਕਸ਼ਨ ਫਿਲਮਸ, ਸੋ ਉਹਨਾਂ ਦਾ ਇੱਕ ਆਪਣਾ ਹੀ ਜ਼ੋਨ ਵਾਲਾ, ਆਪਾਂ ਨੂੰ ਕਿਸੇ ਫਿਲਮ ਨਾਲ ਉਹਨਾਂ ਨੂੰ ਕੰਪੇਅਰ ਨਹੀਂ ਕਰ ਸਕਦੇ। ਹਰ ਮੂਵੀ ਤੋਂ ਉਹਨਾਂ ਦੀ ਕੋਈ ਨਾ ਕੋਈ ਸੁਨੇਹਾ ਹੀ ਮਿਲਦਾ, ਕੋਈ ਪੁੱਠਾ ਸੁਨੇਹਾ ਨਹੀਂ ਮਿਲਦਾ, ਅਤੇ ਸਾਡਾ ਪੰਜਾਬ ਦਾ ਯੂਥ ਫਿਰ ਵੀ ਕਿਤਨਾ ਕਿਤੇ ਗਲਤ ਪਾਸੇ ਜਾਂਦਾ, ਅਤੇ ਆਪਾਂ ਹਮੇਸ਼ਾ ਇਹਨਾਂ ਨੂੰ ਕਹਿੰਦੇ ਹਾਂ ਵੀ ਹਾਂ ਤੁਸੀਂ ਚੰਗਾ ਸਿੱਖੋ, ਅਤੇ ਬੱਚੇ ਇਸ ਚੀਜ਼ ਨੂੰ ਹਮੇਸ਼ਾ ਪੁੱਠਾ ਕਿਉਂ ਲੈ ਕੇ ਜਾਂਦੇ, ਉਹ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋ? ਦੇਖੋ, ਚੀਜ਼ਾਂ ਦੋ ਹੀ ਆ, ਇੱਕ ਸਿੱਧਾ ਇੱਕ ਪੁੱਠਾ, ਚੰਗਾ ਮਾੜਾ, ਦਿਨ ਰਾਤ ਹੈ ਨਾ ਜੀ, ਗੋਰਾ ਕਾਲਾ, ਹਰ ਚੀਜ਼ ਦਾ ਇੱਕ ਕਰਮ ਦਾ ਪ੍ਰਤੀਕਰਮ ਹੈ ਨਾ, ਹਰ ਤੋਂ ਉੱਪਰ ਛਾਵੇਂ ਪੈਦਾ ਕਰਦੀ ਆ, ਹਰ ਖਜ਼ਾ ਤੋਂ ਬਾਅਦ ਬਹਾਰ ਆਉਂਦੀ ਆ ਨਾ, ਜਿਵੇਂ ਤਾਂ ਗਰਮੀ ਤੋਂ ਬਾਅਦ ਸਰਦੀ, ਸਰਦੀ ਤੋਂ ਬਾਅਦ ਗਰਮੀ, ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢਾਪਾ। ਸੋ ਮੈਨੂੰ ਲੱਗਦਾ ਕਿ ਇਹ ਕਹਿਣਾ ਕਿ ਯੂਥ ਫਿਲਮਾਂ ਵੇਖ ਕੇ ਵਿਗੜੀ ਜਾਂਦਾ, ਇਹ ਮੇਰੇ ਖਿਆਲ ਗਲਤ ਹੋਊਗਾ। ਸਿਨੇਮਾ ਤਾਂ ਕੰਪਲੀਟ ਪੈਕੇਜ ਹੈ, ਇੱਕ ਵੀ ਮੌਲ 'ਚ ਆਉਂਦੇ ਆਪਾਂ, ਜਿਹਨੇ ਬੂਟ ਖਰੀਦਣੇ ਬੂਟ ਖਰੀਦਦਾ, ਜਿਹਨੇ ਕੱਪੜੇ ਖਰੀਦਣੇ ਕੱਪੜੇ, ਜਿਹਨੇ ਖਾਣਾ ਪੀਣਾ, ਇਹ ਤਾਂ ਇੱਕ ਇੰਟਰਟੇਨਮੈਂਟ ਦਾ ਜ਼ਰੀਆ ਆ, ਇਹਦੇ ਵਿੱਚੋਂ ਲੋਕ ਲੈ ਕੇ ਕੀ ਜਾਂਦੇ ਆ ਉਹ ਲੋਕਾਂ 'ਤੇ ਡਿਪੈਂਡ ਕਰਦਾ, ਮੈਨੂੰ ਐਂ ਲੱਗਦਾ। ਮੈਂ ਖੁਦ ਇਹਦਾ ਹਿੱਸਾ ਤਾਂ ਨੈਚੁਰਲੀ ਬਹੁਤ ਅੱਛਾ ਲੱਗ ਰਿਹਾ ਕਿ ਸਾਰੇ ਨਾਲ ਵਧੀਆ ਕੰਮ ਕਰਕੇ, ਕਿਉਂਕਿ ਦੇਵ ਜੀ ਤਾਂ ਹਮੇਸ਼ਾ ਹੀ ਬਹੁਤ ਅੱਛਾ ਕਰਦੇ ਨੇ, ਔਰ ਉਹਦੀ ਸਭ ਨੇ ਬਹੁਤ ਰੀਝ ਨਾਲ ਫਿਲਮ ਬਣਾਈ ਆ। ਬਾਕੀ ਨਵਨੀਤ ਸਰ ਨੇ ਤਾਂ ਕਹਿੰਦੇ ਹੁੰਦੇ ਨਾ
ਚਾਰ ਚੰਦ ਲਗਾਤੇ ਨੇ, ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੋਈ ਹੈ, ਸਾਰਿਆਂ ਨੂੰ ਦਿਖ ਹੀ ਰਿਹਾ ਸਾਰੇ ਕਿਰਦਾਰ ਜਿਹੜੇ ਆ ਮੂਵੀ ਦੇ ਵਿੱਚ ਇੰਪੋਰਟੈਂਟ ਹੁੰਦੇ ਆ, ਅਤੇ ਇੱਕ ਆਪਾਂ ਦੇਖਦੇ ਹਾਂ ਕਿ ਲੋਕ ਬਹੁਤ ਈਜ਼ੀਲੀ ਕਹਿ ਦਿੰਦੇ ਆ ਇਹ ਜੂਨੀਅਰ ਆਰਟਿਸਟ ਹੈ ਜਾਂ ਇਹ ਇੱਦਾਂ ਹੈ ਇੱਦਾਂ, ਇਸ ਚੀਜ਼ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਮੈਨੂੰ ਲੱਗਦਾ ਕਿ ਜਿਹੜੇ ਜਿੱਦਾਂ ਹੁਣ ਅਸੀਂ ਸਰਵਾਈਵ ਕਰਕੇ ਜਿੰਨਾ ਅੱਗੇ ਆ ਰਹੇ ਹੈ ਨਾ, ਔਰ ਮੈਨੂੰ ਲੱਗਦਾ ਜੂਨੀਅਰ ਆਰਟਿਸਟ ਜਿਹੜੇ ਆ ਜੇ ਅਸੀਂ ਉਹਨਾਂ ਦਾ ਹੱਥ ਫੜਾਂਗੇ ਨਾ ਤਾਂ ਉਹਨਾਂ ਨੂੰ ਵੀ ਇੱਕ ਹਮੇਸ਼ਾ ਕੌਨਫੀਡੈਂਸ ਆਉਂਦਾ ਕਿ ਨਹੀਂ ਸਾਡੇ ਜਿਹੜੇ ਸੀਨੀਅਰ ਨੇ ਸਾਨੂੰ ਹਮੇਸ਼ਾ ਹੱਥ ਫੜ ਕੇ ਅੱਗੇ ਲੈ ਕੇ ਜਾਂਦੇ ਨੇ। ਸੋ ਮੈਨੂੰ ਲੱਗਦਾ ਕਿ ਆਰਟਿਸਟ ਜਿੰਨੇ ਵੀ ਨੇ ਉਹ ਕੋਆਪਰੇਟ ਕਰਦੇ ਨੇ ਜੂਨੀਅਰ ਆਰਟਿਸਟ ਨਾਲ ਕਿ ਉਹ ਵਧੀਆ ਕਰ ਪਾਉਣ। ਆਰਟਿਸਟ ਦੀ ਜਿਹੜੀ ਲਾਈਫ ਹੈ ਬਹੁਤ ਟਫ ਆ, ਇੱਕ ਆਰਟਿਸਟ ਹੈਗਾ ਮਿੱਟੀ ਦਾ ਖਿਲੋਣਾ ਜਿਹਨੂੰ ਹਰ ਰੰਗ ਵਿੱਚ ਢਾਲਿਆ ਜਾਂਦਾ। ਸੋ ਸਾਰੇ ਆਰਟਿਸਟ ਚਾਹੇ ਉਹਨੇ ਛੋਟਾ ਰੋਲ ਕੀਤਾ ਚਾਹੇ ਵੱਡਾ ਕੀਤਾ ਤਾਂ ਮਿਹਨਤ ਸਾਰਿਆਂ ਨੇ ਬਰਾਬਰ ਹੀ ਕੀਤੀ ਹੁੰਦੀ ਹੈ। ਸਾਡੇ ਨਾਲ ਫਿਲਮ ਦੇ ਪ੍ਰੋਡਿਊਸਰ ਮੌਜੂਦ ਨੇ ਅਤੇ ਉਹਨਾਂ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਸਰ ਤੁਹਾਡਾ? ਬਹੁਤ ਵਧੀਆ ਮੈਮ, ਬਹੁਤ ਵਧੀਆ। ਕਿੱਦਾਂ ਲੱਗ ਰਿਹਾ ਜਦੋਂ ਮੂਵੀ ਆਪਾਂ ਪ੍ਰੋਡਿਊਸ ਕੀਤੀ ਅਤੇ ਸਾਰਾ ਪ੍ਰੋਡਕਸ਼ਨ ਮੈਨੇਜਮੈਂਟ ਅਤੇ ਸਾਰਾ ਕੁਝ, ਕਿੰਨਾ ਡਿਫੀਕਲਟ ਰਿਹਾ ਇਹ ਐਕਸ਼ਨ ਮੂਵੀ ਨੂੰ ਸ਼ੂਟ ਕਰਨਾ ਜਿੱਥੇ ਸਾਰੇ ਜਦੋਂ ਟ੍ਰੇਲਰ ਰਿਲੀਜ਼ ਹੋਇਆ ਅਤੇ ਸਾਰੇ ਕਿਤੇ ਨਾ ਕਿਤੇ ਕਹਿ ਰਹੇ ਸੀਗੇ ਕਿ ਪੰਜਾਬੀ ਇੰਨੀ ਐਕਸ਼ਨ ਮੂਵੀ ਆ ਰਹੀ ਹੈ ਅਤੇ ਸਾਰੇ ਬਹੁਤ ਐਕਸਾਈਟਿਡ ਸੀ, ਪਰ ਇਹਨੇ ਐਕਸ਼ਨ ਨੂੰ ਸਾਰਾ ਮੈਨੇਜ ਕਰਨਾ ਸਭ ਕੁਝ ਦੇਖਣਾ, ਉਹ ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ? ਐਕਸ਼ਨ ਫਿਲਮ ਬਣਾਉਣੀ ਮੁਸ਼ਕਿਲ ਹੈ, ਫਿਲਮ ਤਾਂ ਕੋਈ ਵੀ ਬਣਾਉਣੀ ਮੁਸ਼ਕਿਲ ਹੈ, ਔਰ ਮੈਨੂੰ ਨਹੀਂ ਲੱਗਦਾ ਇੱਕ ਫਿਲਮ ਦੇ ਵਿੱਚ ਬਣਾਉਣ ਦੇ ਵਿੱਚ ਸਾਰੀ ਟੀਮ ਦੀ ਬਹੁਤ ਮਿਹਨਤ ਲੱਗੀ ਹੁੰਦੀ ਹੈ। ਆਡੀਅੰਸ ਫਰਾਈਡੇ ਓਪਨਿੰਗ ਲੱਗਦੀ ਹੈ, ਆਡੀਅੰਸ ਕੋਈ ਪਸੰਦ ਕਰਦੀ ਹੈ ਕੋਈ ਨਹੀਂ ਪਸੰਦ ਕਰਦੀ, ਬਟ ਹਾਰਡ ਵਰਕ ਹਰ ਫਿਲਮ ਪੂਰੀ ਟੀਮ ਦਾ ਬੈਕ ਆਫ ਦੀ ਕੈਮਰਾ ਬਹੁਤ ਹੁੰਦਾ ਹੈਗਾ।